ਅੱਜ ਤੁਹਾਡੇ ਨਾਲ ਇੱਕ ਨਿਹੰਗ ਸਿੰਘ ਵੱਲੋਂ ਕੀਤਾ ਗਿਆ ਅਜੀਹਾ ਕੰਮ ਸਾਂਝਾ ਕਰਾਂਗੇ ਜਿਸ ਨੂੰ ਸੁਣ ਕੇ ਪੈਰਾਂ ਹਿੱਟੋਂ ਜ਼ਮੀਨ ਨਿਕਲ ਜਾਵੇਗੀ ਤੇ ਉਹ ਘਟਨਾ ਸਾਂਝੀ ਕਰਾਂਗੇ ਜਦ ਇਹਸ ਨਿਹੰਗ ਸਿੰਘ ਨੇ ਇੱਕ ਮੁਸਲਮਾਨ ਦਾ ਬੁਰਕਾ ਪਾੜ ਦਿੱਤਾ ਤੇ ਬਾਅਦ ਵਿੱਚ ਤਾਹਣ ਲਾ ਦਿੱਤੀ ਤੇ ਫਿਰ ਹੱਥ ਦੇ ਵਿੱਚ ਸਟੇਨ ਗਨ ਫੜ ਕੇ ਮੁਸਲਮਾਨਾਂ ਦੀ ਪੀੜ ਦੇ ਉੱਤੇ ਭਾਰੀ ਬਹਿ ਗਿਆ ਦੱਸਿਆ ਜਾਂਦਾ ਹੈ ਕਿ ਨਿਹੰਗ ਸਿੰਘ ਗੋਰੀਆਂ ਦੀ ਫੌਜ ਦੇ ਵਿੱਚ ਸੀ ਤੇ ਪਹਿਲਾ ਬਿਸ਼ਪ ਜੋਧ ਇਸ ਨੇ ਲੜਿਆ ਸੀ ਤੇ ਪਹਿਲੇ ਬੇਚਪੀਜੋਤ ਤੋਂ ਬਾਅਦ ਅਨੰਤ ਸਿੰਘ ਆਪਣੇ ਘਰ ਵਾਪਸ ਆ ਗਿਆ ਤੇ ਨਿਹੰਗ ਸਿੰਘਾਂ ਦੇ ਦਲਾਂ ਦੇ ਵਿੱਚ ਵਿਚਰਨ ਲਗਾ ਤੇ ਇਹਨਾਂ ਦਾ ਇਲਾਕਾ ਪੰਜਾਬ ਪਾਕਿਸਤਾਨ ਦੇ ਵਿੱਚ ਸੀ ਤੇ ਜੇ ਇਸ ਇਲਾਕੇ ਦੇ ਵਿੱਚ ਰਹਿੰਦੇ ਸਨ ਉਹ ਪਠਾਣਾ ਦਾ ਇਲਾਕਾ ਸੀ ਤੇ ਕੁਝ ਕੀ ਸਿੱਖਾਂ ਦੇ ਘਰ ਸੀ ਤੇ ਕਈ ਵਾਰ ਪਠਾਣਾ ਸਿੱਖਾਂ ਦਾ ਆਪਸੀ ਤਕਰਾਰ ਵੀ ਹੋ ਜਾਂਦਾ ਸੀ ਤੇ ਇਸ ਇਲਾਕੇ ਦੇ ਵਿੱਚ ਦੋ ਤਗੜੇ ਜ਼ਿਮੀਂਦਾਰ ਪਠਾਣ ਭਰਾ ਵਸਦੇ ਸਨ ਤੇ ਦੱਸਿਆ ਜਾਂਦਾ ਸੀ ਦੋਵੇਂ ਪਠਾਣ ਭਰਾ 6.5 ਫੁੱਟੇ ਸਨ ਤੇ ਸਰੀਰ ਦੇ ਬੜੇ ਤਗੜੇ ਸਨ ਤੇ ਸਰਕਾਰੀ ਦਰਬਾਰੇ ਵੀ ਪਹੁੰਚੀ ਤੇ ਕਈ ਵਾਰ ਗਰੀਬਾਂ ਦੇ ਨਾਲ ਜੋਰ-ਜਬਰ ਵੀ ਕਰ ਦਿੰਦੇ ਸੀ ਤੇ ਪੂਰੀ ਅਯਾਚੀ ਭਰੀ ਜ਼ਿੰਦਗੀ ਜਿਉਂਦੇ ਸਨ ਇਥੋਂ ਤੱਕ ਵੀ ਉੱਥੇ ਆਵਾਜ਼ ਦੇ ਪਠਾਣਾ ਨਾਲ ਵੀ ਤੱਕਾ ਕਰ ਜਾਂਦੇ ਸਨ ਬਾਹਰ ਸੇਖਾਂ ਤੋਂ ਇਹ ਦੋਵੇਂ ਪਾਈ ਧਰਦੇ ਸਨ ਕਿਉਂਕਿ ਕਈ ਵਾਰ ਇਹਨਾਂ ਨੇ ਸੇਖਾਂ ਦੇ ਹੱਥ ਚੰਗੀ ਤਰ੍ਹਾਂ ਵੇਖ ਲਈ ਸੀ ਭਾਵ ਕਈ ਵਾਰ ਲੜਾਈ ਵਿੱਚ ਸੇਖਾਂ ਦਾ ਪਲੜਾ ਪਾਰੀ ਪੈ ਗਿਆ ਸੀ ਖੈਰ ਆਨੰਦ ਸਿੰਘ ਦੇ ਪੁੱਤਰ ਦਾ ਵਿਆਹ ਹੁੰਦਾ ਹੈ ਤੇ ਉਸ ਦਾ ਪੁੱਤਰ ਉਹਨਾਂ ਸਮਿਆਂ ਦੇ ਵਿੱਚੋਂ ਇੰਗਲੈਂਡ ਚਲਿਆ ਗਿਆ ਤੇ ਉਸਦੀ ਕਾਰ ਵਾਲੀ ਤੇ ਦੋ ਪਠਾਣਾਵਾਂ ਵਿੱਚੋਂ ਇੱਕ ਪ੍ਰਾਗ ਗਲਤ ਨਿਗਾਹ ਰੱਖਣ ਲੱਗਾ ਤੇ ਅਨੰਦ ਸਿੰਘ ਦੇ ਕਾਰ ਉਸ ਸਮੇਂ ਇੱਕ ਮੁਸਲਮਾਨ ਬੀਬੀ ਕਾਰ ਦਾ ਕੰਮ ਕਰਨ ਵਾਸਤੇ ਆਉਂਦੀ ਸੀ ਤੇ ਉਹ ਉਧਰ ਉਸ ਪਠਾਣ ਨੇ ਬੇਉਤ ਬਣਾਈ ਕਿ ਅਨੰਦ ਸਿੰਘ ਦਾ ਕਰੇ ਜ਼ਿਆਦਾ ਨਹੀਂ ਹੁੰਦਾ ਤੇ ਮੁੰਡਾ ਇਸ ਦਾ ਬਤਨ ਛੱਡ ਕੇ ਗਿਆ ਹੋਇਆ ਹੈ ਕਿਉਂ ਨਾ ਮੈਂ ਬੁਰਕਾ ਪਾ ਕੇ ਕੰਮ ਕਰਨ ਵਾਲੀ ਬਣ ਕੇ ਇਸ ਦੇ ਕਰੇ ਜਾਵਣਾ ਤੇ ਜਾ ਕੇ ਇਸ ਦੀ ਨਾਲ ਗਲਤ ਵਿਹਾਰ ਕਰਾਂ ਖੈਰ ਇਸੇ ਮਾਰੀ ਸੋਚ ਨੂੰ ਪੂਰਿਆ ਕਰਨ ਵਾਸਤੇ ਉਹ ਪਠਾਨ ਕਰੋ ਬੁਰਕਾ ਪਾ ਕੇ ਤੁਰ ਪਿਆ ਤੇ ਅਨੰਦ ਸਿੰਘ ਦੇ ਘਰੇ ਜਾ ਪਹੁੰਚਿਆ ਤੇ ਜਾਦ ਉਸ ਲੜਕੀ ਦੀ ਪਾਤ ਲੁੱਟਣ ਲਗਾ ਤਾਂ ਅੱਗੇ ਉਸ ਲੜਕੀ ਨੇ ਆਪਣਾ ਧਰਮ ਨਿਵਾਉਂਦਿਆਂ ਹੋਇਆਂ ਆਪਣੀ ਹਿੱਕ ਦੇ ਵਿੱਚ ਸ਼ੋਰਾ ਮਾਰ ਲਿਆ ਤੇ ਉਹ ਪਠਾਨ ਇਹ ਵੇਖ ਉਥੋਂ ਆਪਣੇ ਘਰ ਵੱਲ ਤੁਰ ਪਿਆ ਤੇ ਅੱਗੇ ਉਸੇ ਸਮੇਂ ਅਨੰਦ ਸਿੰਘ ਵੀ ਤੁਰਿਆ ਆਉਂਦਾ ਸੀ ਤੇ ਉਸ ਨਿਹੰਗ ਸਿੰਘ ਨੇ ਦੂਰੋਂ ਵੇਖਿਆ ਕਿ ਆਜੇ ਕੰਮ ਕਰਨ ਵਾਲੀ ਬੀਬੀ ਇੰਨੀ ਜਵਾਨ ਕਿਉਂ ਲੱਗ ਰਹੀ ਹੈ ਤੇ ਉਸਨੇ ਉਸ ਬੀਬੀ ਬਣੇ ਬੁਰਕਾ ਪਾਈ ਪਠਾਨ ਨੂੰ ਆਪਣੇ ਘਰੋਂ ਬਾਹਰ ਆਉਂਦੇ ਆ ਵੇਖਿਆ ਤੇ ਇਹ ਵੇਖ ਕੇ ਅਨੰਦ ਸਿੰਘ ਕਾਲੇ ਆਦਮੀ ਸ਼ਾਕਰੀ ਤਕਾਜੀ ਦੇ ਨਾਲ ਕਾਰਵਾ ਲੋਤ ਰਿਹਾ ਤੇ ਬੇੜੇ ਵਿੱਚ ਉਸਨੇ ਆਪਣੀ ਨੂੰ ਪਈ ਵੇਖੀ ਤੇ ਫੌਜ ਵਿੱਚ ਨੌਕਰੀ ਕੀਤੀ ਹੋਈ ਸੀ ਅਨੰਦ ਸਿੰਘ ਨੇ ਅਨੰਦ ਸਿੰਘ ਦਰਿਆਨਾ ਕਾਬਰਿਆ ਨੇ ਉਹ ਬੁਰਕਾ ਪਾਈ ਪਠਾਨ ਵੱਲ ਭੱਜ ਕੇ ਤੁਰਿਆ ਤੇ ਜਾਂਦਿਆਂ ਹੀ ਪਠਾਨ ਦਾ ਬੁਰਕਾ ਪਾੜ ਦਿੱਤਾ ਤੇ ਹੁਣ ਸਾਬਕਾ ਸਾਫ਼ ਹੋ ਚੁੱਕਿਆ ਸੀ ਕਿ ਇਸ ਸਬ ਦੇ ਪਿਛੇ ਇਸ ਪਠਾਨ ਦਾ ਹੀ ਹੱਥ ਹੈ ਤੇ ਉਸ ਸਮੇਂ ਪਠਾਨ ਕੋਈ ਹਰਕਤ ਕਰਦਾ ਅਨਾਰ ਸਿੰਘ ਨੇ ਬਿਜਲੀ ਦੇ ਬੰਕ ਕਿਰਪਾਨ ਕੱਢ ਕੇ ਉਸ ਪਠਾਨ ਨੂੰ ਚੜਕਾ ਦਿੱਤਾ ਤੇ ਉਸ ਦਾ ਸਿਰ ਤਾੜ ਨਾਲ ਉਭਾ ਕਰ ਦਿਆ ਤੇ ਛੇਤੀ ਦੇ ਨਾਲ ਫਿਰ ਆਨੰਦ ਸਿੰਘ ਘਰੇ ਵਾਪਸ ਆਇਆ ਤੇ ਬੇੜਾ ਖੂਨ ਦੇ ਨਾਲ ਪਰਿਆ ਹੋਇਆ ਸੀ ਤੇ ਉਸ ਦੀ ਨੂੰ ਸਹਿ ਰਹੀ ਸੀ ਤੇ ਉਸ ਨੇ ਦੱਸਿਆ ਬਾਪੂ ਧਰਮ ਨਿਭ ਗਿਆ ਹੈ ਇੱਜ਼ਤੇ ਬਣੀ ਮਰਨਾ ਠੀਕ ਸਮਝਿਆ ਇਹੀ ਉਸ ਨੇ ਬੋਲ ਕੇ ਤੇ ਦਮ ਤੋੜ ਗਈ ਤੇ ਅੱਜ ਸਿਖਾਣੀਆਂ ਕੁੜੀਆਂ ਸ਼ਰਿਆਮ ਰੀਲਾ ਤੇ ਨੰਗਾ ਨਾਚ ਕਰਦੀਆਂ ਨੇ ਤੇ ਆਜੇ ਗੌਣੇ ਕਿਸੇ ਵਿਰਲੇ ਹੀ ਇੰਬਲੇ ਵਿੱਚ ਹੀ ਵੇਖਣ ਨੂੰ ਮਿਲਦੇ ਨੇ ਖੈਰ ਇਹ ਸਭ ਦਾ ਪਤਾ ਉਸ ਮਰੇ ਹੋਏ ਪਠਾਨ ਦੇ ਦੂਸਰੇ ਭਾਈ ਨੂੰ ਵੀ ਲੱਗਾ ਤੇ ਉਸ ਨੇ ਆਪਣੇ ਰਿਸ਼ਤੇਦਾਰ ਰਿਸ਼ਤੇਦਾਰ ਯਾਰਦੋ ਸੇ ਇਕੱਠੇ ਕੀਤੇ ਤੇ ਸਿਖਾ ਨੂੰ ਸਾਬਕ ਸਿਖਾਉਣ ਦੀ ਸੋਚੀ ਤੇ ਉਸਦੇ ਰਿਸ਼ਤੇਦਾਰ ਆਖਿਆ ਕਿ ਜੇ ਇਹ ਗੱਲ ਧਰਮ ਦੀ ਹੁੰਦੀ ਫੇਰ ਅਸੀਂ ਤੇਰਾ ਸਾਥ ਜ਼ਰੂਰ ਦਿੰਦੇ ਇਹ ਸਭ ਦੇ ਲਈ ਅਸੀਂ ਤੇਰਾ ਸਾਥ ਨਹੀਂ ਦੇ ਸਕਦੇ ਤੇ ਨਾਲੇ ਦੂਸਰੀ ਗੱਲ ਸਿਖਾ ਨਾਲ ਅੱਗੇ ਵੀ ਕਈ ਵਾਰ ਲੜਾਈ ਕਰਕੇ ਵੇਖੀ ਆ ਉਹਨਾਂ ਦਾ ਹੀ ਪਲੜਾ ਭਾਰੀ ਰਹਿੰਦਾ ਹੈ ਤੇ ਖੈਰ ਪਠਾਨ ਦੇ ਆਦ ਵਿੱਚ ਅਨੰਦ ਸਿੰਘ ਤੇ ਉੱਥੇ ਵਸਦੇ ਸਿੱਖਾਂ ਨੂੰ ਜਾਨੋਂ ਮਾਰਨ ਦੇ ਵਿਚਾਰ ਚੱਲਦੇ ਰਹਿੰਦੇ ਸਨ ਤੇ ਹੁਣ ਸਮਾਂ ਆਉਂਦਾ ਹੈ ਹੱਲਿਆਂ ਦਾ ਸਨ 1947 ਦੀ ਬਣਦਾ ਤੇ ਉਸ ਸਮੇਂ ਦੋਹਾਂ ਪਾਸਿਓਂ ਸਿੱਖ ਸੇਖਾਂ ਮੁਸਲਮਾਨਾਂ ਵੱਲੋਂ ਇੱਕ ਦੂਜੇ ਦੀ ਕਾਟਵਾੜੀ ਸ਼ੁਰੂ ਹੋ ਗਈ ਤੇ ਉਸ ਪਠਾਨ ਨੂੰ ਵੀ ਹੁਣ ਅਨੰਦ ਸਿੰਘ ਤੇ ਉਹ ਉੱਥੇ ਵਸਦੇ ਸਿੱਖਾਂ ਤੋਂ ਬਦਲਾ ਲੈਣ ਦਾ ਮੌਕਾ ਮਿਲ ਗਿਆ ਤੇ ਉਸ ਨੇ ਜਹਾਦ ਦੇ ਨਾਮ ਤੇ ਕਾਫੀ ਮੁਸਲਮਾਨ ਇਕੱਠੇ ਕਰ ਲਏ ਤੇ ਉਸ ਸਮੇਂ ਇੱਧਰ ਉੱਧਰ ਲੋਕਾਂ ਨੂੰ ਜਾਣ ਵਾਸਤੇ ਫੌਜ ਲੱਗੀ ਹੋਈ ਸੀ ਤੇ ਅਨੰਦ ਸਿੰਘ ਸਮੇਤ ਉੱਥੇ ਵਸਦੇ ਸਿੱਖ ਪਰਿਵਾਰ ਫੌਜ ਦੇ ਟਰੱਕਾਂ ਦੇ ਵਿੱਚ ਇਧਰ ਪਾਰਤ ਹੋਣ ਵਾਸਤੇ ਸਵਾਰ ਸਨ ਤੇ ਅਜੇ ਤਿਆਰੀਆਂ ਹੀ ਕਰ ਰਹੇ ਸਨ ਤੇ ਉਹ ਪਠਾਨ ਨਾਰੇ ਲਾਉਂਦਾ ਉਹਨਾਂ ਦੇ ਟਰੱਕਾਂ ਨੂੰ ਕੇਰਨ ਵਾਸਤੇ ਉੱਥੇ ਪਹੁੰਚ ਗਿਆ ਤੇ ਅਨੰਦ ਸਿੰਘ ਨੇ ਦੂਰੋਂ ਆਵਾਜ਼ ਸੁਣੀ ਤੇ ਅਨੰਦ ਸਿੰਘ ਜਿਵੇਂ ਦੱਸਿਆ ਨਿਹੰਗ ਸਿੰਘ ਸੀ ਤੇ ਉਸ ਦੇ ਬੋਲ ਵੀ ਨਿਹੰਗ ਫੌਜਾਂ ਵਾਲੇ ਗੜਗਾਜ ਬੋਲਸਾਣ ਉਹ ਉਸ ਨੇ ਆਪਣੇ ਸਿੱਖ ਭਰਾਵਾਂ ਨੂੰ ਆਖਿਆ ਸਿੰਘੋ ਸੂਰ ਆ ਗਏ ਤੁਸੀਂ ਫੌਜੀਆਂ ਸਮੇਤ ਨਿਕਲੋ ਤੇ ਮੈਂ ਇਹਨਾਂ ਨੂੰ ਰੋਕਣਾ ਹੈ ਤੇ ਇਥੇ ਹੀ ਮਰਨਾ ਹੈ ਤੇ ਮੈਂ ਇਹਨਾਂ ਸੂਰਾਂ ਨੂੰ ਰੋਕਣ ਜੋਗਦਾ ਹਾਂ ਉਸ ਸਮੇ ਉਹ ਸਿੰਘ ਦੀ ਜਵਾਨੀ ਸੀ ਤੇ ਉਸ ਸਮੇ ਅਨੰਤ ਸਿੰਘ ਦਾ ਉਥੇ ਮੌਜੂਦ ਫੌਜੀ ਜਵਾਨਾਂ ਵਿੱਚ ਇੱਕ ਦੋ ਸੀ ਜੋ ਅਫਸਰ ਸੀ ਤੇ ਮੁਸਲਮਾਨ ਵੀ ਤੇ ਅਨੰਤ ਸਿੰਘ ਨੇ ਕਿਹਾ ਕਿ ਮੈਨੂੰ ਆਪਣੀ ਸਟੀਨ ਗੰਦ ਦੇ ਦੇ ਤੇ ਤੂੰ ਇਹਨਾਂ ਨੂੰ ਪਾਰ ਲਾ ਦੇ ਤੇ ਉਸ ਮੁਸਲਮਾਨ ਫੌਜੀ ਅਫਸਰ ਨੇ ਜਾਰੀ ਨਵਾਉਂਦੇ ਆਪਣੀ ਸਟੀਨ ਦਿੱਤੀ ਤੇ ਫਿਰ ਉਹ ਅਨੰਤ ਸਿੰਘ ਜਿੰਨਾ ਚਿਰ ਉਸ ਕੋਲ ਗੋਲੀਆਂ ਮੌਜੂਦ ਸਨ ਉਹ ਉਹ ਸਪੀਡ ਦੇ ਨਾਲ ਲੜਿਆ ਤੇ ਆਨੰਦ ਅੰਤ ਆਪਣੇ ਸਵਾਸ ਤੇ ਆ ਗਿਆ ਤੇ ਸੇਖ ਪਰਿਵਾਰ ਵੀ ਇਧਰ ਪਾਰਤ ਦੇ ਵਿੱਚ ਪੰਜਾਬ ਵਿੱਚ ਸੁਰੱਖਿਅਤ